ਬੱਬੂ ਮਾਨ ਵੀ ਇੱਥੇ ਹੀ ਆ ਲੱਗੇ ਆ ਕੰਮ ਕਰਨ ਅੱਜ ਚਾਚਾ ਵੀ ਲੱਗਾ ਜ਼ੋਰ ਲਾਉਣ ਕਿਆ ਬਾਤ ਹੈ ਧੰਨਵਾਦ ਤੁਹਾਡਾ ਤੁਸੀਂ ਟਾਈਮ ਦਿੱਤਾ ਸਾਨੂੰ ਠੀਕ ਹੈ ਜੀ ਲਿਮਕਾ ਪੀਂਦੇ ਰੋਜ਼ ਹੁਣ ਠੀਕ ਆ ਗਰਮੀ ਹਾਂ ਫਰਿੱਜ ਲਾ ਦਈਏ ਤੁਹਾਨੂੰ ਇੱਕ ਲਿਮਕਾ ਵੱਡੀ ਬੋਤਲ ਲਿਆ ਦਿੰਦੇ ਭਰਾ ਹੁਣੀ ਡੀਕਦੇ ਪਏ ਸੀ ਸਾਨੂੰ ਹੋਰ ਭਾਜੀ ਵਧੀਆ ਵਧੀਆ ਭਾਜੀ ਚਲੋ ਵਾਲ ਕਟਾਈਏ ਅੱਜ ਐ ਉਸਤਾਦ ਹੁਣੀ ਵੀ ਬੈਠੇ ਨੇ ਸੋਹਣਾ ਮੁੰਡਾ ਅਲੀਕਾ ਹਾਂਜੀ ਸਾਹਿਬ ਜੀ ਆ ਗਏ ਚੱਕ ਲਓ ਇਹ ਘੜੇ ਤੋਂ ਗੋਲੇ ਕਲਾ ਹੀ ਲਾਏ ਮਰਤਾ ਬੱਬੂ ਮਾਨ ਵੀ ਇੱਥੇ ਹੀ ਆ ਬੈਕ ਕੈਮਰੇ ਭਰਾ ਨੇ ਝੰਡ ਕਰਤੀ ਭਾਜੀ ਅੱਤ ਕਰਾਉਂਦੇ ਤੁਸੀਂ ਪੂਰੀ ਹੈ ਵਧੀਆ ਲੱਗਾ ਬਹੁਤ ਵਧੀਆ ਅੱਗੇ ਮਾੜਾ ਕਰਦਾ ਉਹਨੂੰ ਅੱਜ ਜਿਹੜਾ ਹੈ ਆਪਾਂ ਫਿਰ ਜਾਣਾ ਉੱਧਰ ਹੈ ਜੱਸਾ ਸਿੰਘ ਰਾਮਗੜੀਏ ਦੇ ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਦੋਵੇਂ ਭਰਾ ਜਾਵਾਂਗੇ ਜੱਸਾ ਸਿੰਘ ਰਾਮਗੜੀਏ ਦੇ ਆਪਣੇ ਕਿਲੇ 'ਤੇ ਜਾਵਾਂਗੇ ਫਿਰ ਤੁਹਾਨੂੰ ਉੱਥੇ ਦਿਖਾਵਾਂਗੇ ਜੋ ਵੀ ਸਾਰਾ ਉੱਥੇ ਹੈਗਾ ਅਤੇ ਮਿਲਦੇ ਹਾਂ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਠੀਕ ਠਾਕ ਹੋ ਸਾਰੇ ਜਣੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਹਾਰੇ ਅਤੇ ਬੰਦੇ ਲੱਗੇ ਆ ਕੰਮ ਕਰਨ ਅੱਜ ਚਾਚਾ ਵੀ ਲੱਗਾ ਜ਼ੋਰ ਲਾਉਣ ਕਿਆ ਬਾਤ ਹੈ ਚਾਚਾ ਮਿਸਤਰੀ ਵੀ ਅੱਜ ਐਨ ਮਿਸਤਰੀ ਥੱਲੇ ਵੀ ਇੱਕ ਹੋਰ ਦੋ ਮਿਸਤਰੀ ਥੱਲੇ ਇੱਕ ਮਿਸਤਰੀ ਉੱਪਰ ਅਤੇ ਕੰਮ ਚੱਲ ਰਿਹਾ ਆ ਪੂਰਾ ਨਹੀਂ ਤੂੰ ਖਿੱਚ ਇੱਧਰ ਮੂੰਹ ਕਰੀ ਖਿੱਚਿਆ ਤਾਂ ਉਹ ਉੱਥੇ ਕੌਣ ਬਣਾਉਂਦਾ ਉਹ ਅਤੇ ਕੰਮ ਚੱਲ ਰਿਹਾ ਆ ਅੱਜ ਪੂਰਾ ਜ਼ੋਰਾਂ 'ਤੇ ਅਤੇ ਅੱਜ ਚਾਚੇ ਹੋਣੀ ਪੂਰੇ ਮੋਸ਼ਨ 'ਚ ਆ ਟੋਰ ਪੂਰੀ ਕੱਢੀ ਆ ਕੰਮ ਟੋਰ ਕੱਢ ਕੇ ਕੰਮ ਕਰਦਾ ਬੰਦਾ ਇਹ ਟੋਰ ਦੇਖੋ ਕਿਆ ਬਾਤ ਹੈ ਸਾਰਾ ਕੁਛ ਰੱਖ ਲਓ ਅੱਜ ਲਾਗੇ ਅਤੇ ਅੱਜ ਮੈਂ ਵੀ ਇੱਥੇ ਹੀ ਹਾਂ ਸਾਰਾ ਦਿਨ ਕੈਮਰਾ ਤੁਹਾਡੇ 'ਤੇ ਰਹੂਗਾ ਅੱਜ ਬੰਦੇ ਵੀ ਦਿਖਾਵਾਂਗੇ ਕੰਮ ਕਿੱਦਾਂ ਕਰਦੇ ਆ ਬਿੱਟੂ ਭਾ ਧੱਕ ਪਾਉਣੀ ਕਿ ਨਹੀਂ ਫਿਰ ਭੱਜ ਹੈਂ ਫੁੱਟਾ ਜੇਬ 'ਚ ਪਾਈ ਫਿਰਦੇ ਚਾਚੇ ਹੋਣੀ ਅੱਜ ਆਹ ਵਾਲੀ ਜਗ੍ਹਾ ਸਾਰੀ ਸ਼ਾਮ ਤੱਕ ਕਲੀਅਰ ਕਰ ਦੇਣੀ ਬੰਦੇ ਕਹਿੰਦੇ ਅੱਜ ਚੈਲੰਜ ਆ ਜੇ ਚੈਲੰਜ ਨਾ ਕਲੀਅਰ ਹੋਇਆ ਤਾਂ ਚਾਚਾ ਬਰਗਰ ਖਵਾਊਗਾ ਅੱਜ ਕੱਲ ਦੇ ਤਾਂ ਖਵਾਏ ਨੀ ਭਾਜੀ ਵੱਡਾ ਕੁੱਤਾ ਚਾੜਦਾ ਉੱਪਰ ਕੌਣ ਕਹਿੰਦਾ ਚਾਚਾ ਤੈਨੂੰ ਤਾਂ ਨੀ ਗਰਮੀ ਲੱਗਦੀ ਇਹ 12 ਵਜੇ ਬੱਤੀ ਬੰਦ ਕਰਦੀ ਚੱਲਦੀਆਂ ਆ ਰਹੀਆਂ ਵੀ ਖੋਲ ਦਿੰਦੇ ਓ ਮੈਂ
बारह बजे परले आ रहे थे चाचे ने, मैं वो करता आरी टिली करके मोटर बंद करके आरी टिली कर दी, कहिंदा यार बारह कहिंदा शामा पै गई आ। लो जी हुण छड्डन लगे यारा, ਬਰੈਟੀਆਂ ਸਾਰੀਆਂ ਹੀ ਕਢਾ ਦੇ ਅੱਜ, ਆ ਜਗ੍ਹਾ ਸਾਰੀ ਵੇਲੀ ਕਰਨੀ ਹੈ ਇੱਥੋਂ ਚਾਚਾ। ਹੈ ਚਾਚਾ ਚਾਚਾ ਵਾਓ ਚਾਚਾ ਵਾਓ ਚਾਚਾ ਵਾਓ ਵਾਓ ਵਾਓ। ਲਓ ਜੀ ਕੰਮ ਸਟਾਰਟ ਹੋ ਗਿਆ ਤੇ ਗੱਲਾਂ ਬਾਤਾਂ ਕਰ ਲਈਆਂ ਫੇਰੀਆਂ, ਹੁਣ ਕੰਮ ਦਾ ਦੇਖ ਲਈਏ ਆਪਾਂ। ਕੰਮ ਚੱਲ ਰਿਹਾ ਪੂਰਾ ਜ਼ੋਰਾਂ 'ਤੇ ਹੁਣ, ਅਤੇ ਜੇ ਕਿਸੇ ਨੂੰ ਵੀ ਆਰੇ ਦਾ ਸਮਾਨ ਲੈਣਾ ਹੋਵੇ ਕੋਈ ਵੀ ਤੰਦੂਰੀ ਮੁੱਢੀ, ਇਹ ਸਪੈਸ਼ਲ ਤੰਦੂਰ ਵਾਲਿਆਂ ਵਾਸਤੇ ਆ, ਸਪੇਦੇ ਦੀ ਅਵੇਲੇਬਲ ਹੈਗੀ ਆ ਪੂਰੀ ਆਪਣੇ ਕੋਲ, ਸਪੇਦੇ ਦਾ ਮਾਲ ਚੀਰਿਆ ਪਿਆ ਆ। ਬਾਕੀ ਆ ਲੰਬਾ ਮਾਲ ਵੀ ਹੈਗਾ ਆ ਆਪਣੇ ਤੋਂ, ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਲਵੇ, ਨੰਬਰ ਆਪਾਂ ਵਿੱਚ ਪਾ ਦਾਂਗੇ ਆਪਣਾ। ਅਤੇ ਹੋਰ ਵੀ ਕੋਈ ਸਪੋਰਟਸ ਆਈਟਮ ਕਢਾਉਣੀ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦਾ ਆ। ਅਤੇ ਸਪੋਰਟਾਂ ਸਪੂਟਾਂ 1 ਇੰਚੀ 2 ਇੰਚੀ 1 ਇੰਚੀ 3 ਇੰਚੀ ਸਾਰਾ ਮਾਲ ਨਿਕਲਦਾ ਆ ਜੀ ਆਪਣੇ ਆਰੇ 'ਤੇ। ਅਤੇ ਜੋ ਵੀ ਹੈ ਬਾਕੀ ਤੁਹਾਡੀ ਚਾਚੇ ਨਾਲ ਗੱਲ ਕਰਾਉਂਦੇ ਹਾਂ, ਉਹ ਤੁਹਾਨੂੰ ਸਾਰਾ ਵਧੀਆ ਤਰੀਕੇ ਨਾਲ ਸਮਝਾਊਗਾ ਕੀ ਆਪਣੇ ਕੋਲ ਐਟਮਾਂ ਸਾਰੀਆਂ ਹੈਗੀਆਂ ਆ। ਜਿੰਨੀਆਂ ਐਟਮਾਂ ਆ ਚਾਚੇ ਨੂੰ ਬਹੁਤ ਜ਼ਿਆਦਾ ਪਤਾ ਆ, ਮੈਂ ਤਾਂ ਮੇਨ ਬਾਹਰਲਾ ਹੀ ਕੰਮ ਕਰਦਾ ਹਾਂ, ਇਹ ਅੰਦਰ ਦਾ ਕੰਮ ਸਾਰਾ ਹੀ ਕਰਦੇ, ਤੁਹਾਨੂੰ ਚਾਚੇ ਦਾ ਮਿਲਾਉਂਦੇ ਹਾਂ ਅਤੇ ਚਾਚੇ ਨੂੰ ਪੁੱਛਦੇ ਹਾਂ ਸਾਰੀ ਗੱਲਬਾਤ ਕੀ ਹੈਗਾ ਤੁਹਾਡੇ ਕੋਲ। ਹਾਂਜੀ ਚਾਚਾ ਜੀ ਕੀ ਹਾਲ ਚਾਲ? ਇੱਦਾਂ ਕਰੋ ਹੁਣ ਸਾਡੇ ਜਿੰਨੇ ਵੀ ਸਬਸਕ੍ਰਾਈਬਰ ਹੈਗੇ ਆ ਸਾਰੇ ਜਾਂ ਜਿੰਨੇ ਵੀ ਵਿਊਵਰ ਹੈਗੇ ਆ ਉਹਨਾਂ ਨੂੰ ਦੱਸੋ ਸਾਰਿਆਂ ਨੂੰ ਕੀ ਆਪਣੇ ਕੋਲ ਸਮਾਨ ਹੁੰਦਾ ਆ, ਵੀ ਸਾਡੇ ਨਾਲ ਬੰਦੇ ਕੰਟੈਕਟ ਕਰ ਸਕਣ ਕਿ ਕਿਸੇ ਨੂੰ ਸਮਾਨ ਚਾਹੀਦਾ ਹੋਵੇ ਤਾਂ ਸਾਡੇ ਨਾਲ ਗੱਲਬਾਤ ਕਰ ਲਵੇ, ਫੋਨ ਨੰਬਰ ਆਪਾਂ ਪਾ ਦੇਣਾ ਵਿੱਚ, ਹੈ ਨਾ। ਦੱਸੋ ਸਰ ਸਾਡੇ ਕੋਲ ਛੋਟੀ ਡੱਕੀ, ਤੰਦੂਰੀ ਡੱਕ, ਹਾਂਜੀ ਗੋਲਾ, ਫਾੜ ਬਾਲਣ ਅਤੇ ਹੋਰ ਲੰਬਾ ਬਾਲਣ ਵੀ ਮਿਲਦਾ। ਅੱਛਾ ਜੀ। ਬਾਕੀ ਚੰਗਾਠਾਂ ਦਾ ਮਾਲ ਹੈ। ਅੱਛਾ ਜੀ। ਦਰਵਾਜ਼ਿਆਂ ਦੀਆਂ ਚੰਗਾਠਾਂ, ਦਰਵਾਜ਼ਿਆਂ ਦੀਆਂ ਲਰਾਂ, ਨਿੰਮੇ, ਫਿਰ ਪੌੜੀਆਂ ਵੀ ਰੱਖੀਆਂ ਆਪਾਂ। ਅੱਛਾ ਜੀ। ਚਕਲੇ, ਵੇਲਣੇ, ਘੋਟਣੇ, ਠੀਕ ਹੈ ਜੀ। ਖਰਾਬ ਦੀ ਹਰੇਕ ਆਈਟਮ ਤਿਆਰ ਹੁੰਦੀ ਹੈ ਇੱਥੇ, ਠੀਕ ਹੈ ਜੀ। ਪੌੜੀ ਦੇ ਪਿੱਲਰ, ਹਾਂਜੀ ਪੌੜੀ ਦੇ ਪਾਵੇ, ਫਿਰ ਆਹ ਘੋਟਣੀਆਂ ਵੀ ਬਣਾਈ ਦੀਆਂ, ਤਕਰੀਬਨ ਹਰੇਕ ਆਈਟਮ ਬਣਦੀ ਹੈ ਇੱਥੇ, ਠੀਕ ਹੈ ਜੀ। ਅਤੇ ਬਾਕੀ ਜਿੱਦਾਂ ਆਪਣੇ ਕੋਲ ਕਈ ਹੋਲਸੇਲਰ ਜਿੱਦਾਂ ਆਉਂਦੇ ਆ ਬੰਦੇ, ਬਾਲਣ ਵਾਲੇ ਵੀ ਆਉਂਦੇ ਆ, ਹੈ ਨਾ, ਜਿੱਦਾਂ ਆਪਣੇ ਲੁਧਿਆਣੇ ਵੀ ਮਾਲ ਜਾਂਦਾ ਆ, ਭਰਾ ਸਾਡਾ ਭਾਜੀ ਅਮਨ ਜਿਹੜਾ ਉਹਨਾਂ ਤੋਂ ਵੀ ਜਾਂਦਾ, ਹੈ ਨਾ, ਅਤੇ ਬਾਕੀ ਜਲੰਧਰ ਵੀ ਮਾਲ ਜਾਂਦਾ ਹੋਊਗਾ, ਅਤੇ ਬਾਕੀ ਲਾਗੇ ਛਾਗੇ ਜਿੰਨੇ ਵੀ ਹੈਗੇ ਆ ਫਰਨੀਚਰ ਹਾਊਸ ਆ ਉਹਨਾਂ 'ਤੇ ਵੀ ਮਾਲ ਜਾਂਦਾ, ਆਪਣੇ ਲੋਕਲ ਏਰੀਏ 'ਚ ਵੀ ਜਾਂਦਾ ਸਾਡੇ ਲਾਗੇ ਛਾਗੀਆਂ ਸਪੋਰਟਾਂ, ਸੋਫਿਆਂ ਦੀਆਂ ਸਪੋਰਟਾਂ, ਬੋਕਸ ਬੈੱਡ ਦਾ ਪਾਵਾ, ਮੰਜੇ ਦਾ ਪਾਵਾ, ਹਰੇਕ ਆਈਟਮ ਤਿਆਰ। ਬਾਕੀ ਦਰਵਾਜ਼ਿਆਂ ਦਾ ਮਾਲ ਵੀ ਨਿਕਲਦਾ ਆ ਆਪਣੇ ਕੋਲ, ਹਰੇਕ ਚੀਜ਼ ਕੱਢ ਦੇਈਦੀ ਆ ਜੋ ਵੀ ਲੱਕੜ ਦੇ ਨਾਲ ਹੈਗੀ ਆ ਰਿਲੇਟਡ ਸਾਰਾ ਮਾਲ ਕੱਢ ਦੇਈਦਾ ਆ, ਪੌੜੀਆਂ ਘੋੜੀਆਂ ਸਾਰਾ ਕੁਛ ਬਣਾ ਦੇਈਦਾ, ਇੱਥੇ ਟੇਬਲ ਵੀ ਬਣਾ ਦੇਈਦੇ ਆ, ਜੇ ਕਿਸੇ ਨੂੰ ਉਹ ਵੀ ਚਾਹੀਦੇ ਹੋਣਗੇ ਉਹ ਵੀ ਆਪਾਂ ਲੈ ਲਾਂਗੇ ਔਡਰ, ਕਿਉਂ ਜੀ ਚਾਚਾ? ਬਿਲਕੁਲ ਸਹੀ ਹੈ ਨਾ, ਟੇਬਲ, ਦਰਵਾਜ਼ਿਆਂ ਦਾ ਔਡਰ, ਦਰਵਾਜ਼ਿਆਂ ਦਾ ਔਡਰ, ਕਿਚਨ ਤਿਆਰ ਕਰਾਉਣੀ ਹੈ ਕਿਚਨ ਦਾ ਔਡਰ ਵੀ ਲੈ ਲੈਂਦੇ ਹਾਂ, ਸਾਰਾ ਔਡਰ ਲੈ ਲਈਦਾ ਜੋ ਵੀ ਹੈਗਾ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹਾਂ, ਨੰਬਰ ਆਪਾਂ ਪਾ ਦੇਣਾ ਵਿੱਚ, ਕਿਉਂ ਚਾਚਾ ਜੀ? ਸਹੀ ਗੱਲ ਆ। ਹਾਂਜੀ ਚਲੋ ਠੀਕ ਹੈ ਸਰ, ਧੰਨਵਾਦ ਤੁਹਾਡਾ, ਤੁਸੀਂ ਟਾਈਮ ਦਿੱਤਾ ਸਾਨੂੰ, ਠੀਕ ਹੈ ਜੀ।
ਇਹ ਹੈ ਜੀ ਚੇਤਨ ਰਾਮਗੜੀਆ ਸਾਹਿਬ ਜਾਮਣ ਦਾ ਮੋਠਾ ਲੈ ਕੇ ਜਾ ਰਹੇ ਹਾਂ ਅੱਡੇ ਦੇ ਉੱਪਰ ਲਓ ਜੀ ਪਹੁੰਚ ਚੁੱਕੇ ਹਾਂ ਹੁਣ ਆਪਾਂ ਆਪਣੀ ਦੁਕਾਨ ਤੇ ਇੱਧਰਲੇ ਪਾਸੇ ਆਰੇ ਦੇ ਨਾਲ ਹੀ ਆ ਜੋ ਚਾਚਾ ਹੁਣੀ ਸਫਾਈ ਕਰਦੇ ਪਏ ਆ ਚਾਚਾ ਕੀ ਕਰੀ ਜਾਂਦਾ ਇੱਧਰ ਦੱਸੋ ਸਾਹਿਬ ਜੀ ਇੱਥੇ ਕੀ ਹੈਗਾ ਤੁਹਾਡੇ ਕੋਲ ਸਾਹਿਬ ਜੀ ਦੱਸੋ ਸਾਹਿਬ ਜੀ ਕੀ ਹੈਗਾ ਫਿਰ ਅੱਛਾ ਇੱਧਰਲੇ ਪਾਸੇ ਜੋ ਸਮਾਨ ਹੈਗਾ अच्छा डल्ला डुल्ला सारा कुछ रखिया टेबल टूबल भी तैयार किए जाते हैं सारा कुछ किया जाता इत्थे आप ही अच्छा जी ये पिलर तैयार किए हैं जी ये डाइनिंग टेबल नू लगते हैं पिलर ते बाकी समान होर भी अपा कल लिखा के आए हैं ये साडे दादा जी ठेकेदार ज्ञान सिंह बाकी बाहर समान लाया है आपां सारा ते बाबा जी की हाल चाल है ठीक ठाक हो सेहता बीमार हो गए तुसी हुण ठीक है लिमका पींदे रोज हुण ठीक है गर्मी हाँ फ्रिज ला दी तुहानू एक लिमका वड्डी बोतल लिया दिंदे सफाइयां सफाई अभियान चलाया आ चाचे ने हले सवेर दा टाइम आ हले 9:30 होए आ हले तक ते सफाई पूरी कर रहा है अपना चाचा क्यों चाचा लो जी बेंद लगती पई है हुण आरी ला के हटे आ साडे मिस्त्री साहब ते मोछे पहुँच गए आ ते नाल ही चढ़ाई शुरू हो जानी है साडा वड्डा भरा रोटी खान दिया अज दाल दे नाल रोटी खान दिया क्या बात है अज मिर्चा नहीं रखियां इन्हें नाल चलो बंदे लगे आ कम पूरा जोर दे चलन दिया आ भरा होनी आ गए है लैन चलिए की चक रहे हो फिर सारा भाजी है भरा होनी आ गए है लैन ते हुण जावांगे आपां भरा होणा दे नाल देखदे आं घूम फिर के ਦਵਾਈ ਆਈ ਨੇ ਘਰ ਦੇ ਘੁੰਮ ਕੇ ਜਾ ਕੇ ਉਹਨੇ ਫਿਰ ਫੋਨ ਆਇਆ ਸੀ ਕਹਿਣ ਤਾਂ ਕੱਲ੍ਹ